ਸਾਸਤਰੀ ਕਾਲ ਮਿਰਜੀ ਮੈਂ ਥਾਰਾ ਗੱਲਾ ਗਲਾ ਕੜ ਪਾਰਨੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਆਰ ਵੀ ਰਾਜੋਗੀ 24 ਤਰੀਕ 24 ਤਰੀਕੀਆਂ ਬੜੀਆਂ ਖਬਰਾਂ ਥਾਰੇ ਬਾਸ ਸਾਂਝੀਆਂ ਕਰਾਂਗਾ ਪਰ ਯੋ ਕੈਲੋ ਵੀ ਕਰੋਨੇ ਦਾ ਕਹਿਰ ਬਹੁਤ ਬੁਰੀ ਤਰ੍ਹਾਂ ਯੋ ਦੇਸ਼ ਕੇ ਵਿੱਚ ਮੈਂ ਆਪਣੀ ਗ੍ਰਿਫਤ ਮਾ ਲੋਕਾਂ ਨੂੰ ਲੈ ਰਿਹਾ ਆਰ ਬੀਤੇ 24 ਘੰਟੇ ਕੇ ਵਿੱਚ ਮੈਂ 3 ਲੱਖ 32730 ਨਵੇਂ ਕੇਸ ਨਿਕਲ ਕਾ ਸਾਹਮਣੇ ਆਏ ਹਾਲਾਤ ਚਿੰਤਾਜਨਕ ਬਣੇ ਵੇ ਪਰ ਕਹੇ ਵੀ ਮੰਨਨੇ ਤੋਂ ਕਹੇ ਬੰਗਾਲ ਕਿਆ ਵੋਟਾਂ ਜਿੱਤਣੀਆਂ ਲੋਕਾਂ ਨੂੰ ਬਾਦਮਾ ਦੇਖੇਗੇ ਆਰ ਹਾਲਾਤ ਯੋ ਦੇਸ ਮੈਂ ਇਸ ਵਕਤ ਬਣ ਗਏ ਵੀ ਪਹਿਲਾ ਲੋਕਾਂ ਨੂੰ ਯੋ ਕਹ ਲੋ ਭਈ ਗੈਸ ਸਿਲੰਡਰ ਗੈਸ ਕਾ ਸਿਲੰਡਰ ਮੁਫਤ ਦੇਣ ਵਾਲੀ ਸਰਕਾਰ ਅੱਜ ਵਾ ਲੋਕ ਸਰਕਾਰ ਤੇ ਆਕਸੀਜਨ ਦਾ ਸਿਲੰਡਰ ਭਾਰ ਰੇ ਆਕਸੀਜਨ ਹੈ ਨਹੀਂ ਆ ਰੁੱਦਰ ਭਾਰਤ ਪਾਕਿਸਤਾਨ ਸਰਹੱਦ ਦੀ ਬਾਤ ਕਰਾਂ ਭਈ ਭਾਰਤ ਵਾਲਿਆ ਪਾ ਆਕਸੀਜਨ ਹੈ ਨਹੀਂ ਪਾਕਿਸਤਾਨ ਵਾਲਿਆ ਪਾ ਕਰੋਨਾ ਵੈਕਸੀਨ ਹੈ ਨਹੀਂ ਪਰ ਦੋਏ ਦੇਸ਼ ਹਥਿਆਰਾਂ ਕੇ ਮਾਮਲੇ ਵਾਂ ਇੱਕ ਦੂਸਰੇ ਨੂੰ ਅੱਖਾ ਕੱਢ ਕੱਢ ਕੇ ਦਿਖਾ ਰਹੇ ਬਈ ਆਪਾ ਥਾਰੇ ਤੇ ਤਕੜੇ ਆਪਾ ਥਾਰੇ ਤੇ ਤਕੜੇ ਇਹ ਹਥਿਆਰਾਂ ਦਾ ਜੰਗ ਜਿਹੜਾ ਚੱਲ ਰਿਹਾ ਪਰ ਕਰੋਨਾ ਨੂੰ ਲੈ ਕੇ ਦੋਹੇ ਦੇਸ਼ ਕਿਸੇ ਪਾਸੇ ਨੂੰ ਵੀ ਸੀਰੀਅਸ ਨਹੀਂ ਲੱਗ ਰੇ ਈਬ ਤੋਂ ਯੋ ਕਹਿ ਸਕਾਂ ਭਈ ਮੋਦੀ ਜੀ ਕੀ ਦੇਸ਼ ਮੇ ਮੋਦੀ ਜੀ ਕੀ ਜਨਤਾ ਗੈਲ ਪਹਿਲਾ ਨੋਟ ਬੰਦੀ ਕੀ ਮੋਦੀ ਜੀ ਨੇ ਲਾਈਨ ਲਵਾਈ ਈਬ ਸ਼ਮਸ਼ਾਨ ਘਾਟ ਕੇ ਬਾਹਰ ਵੀ ਲੋਕਾਂ ਕੀ ਲਾਈਨ ਲੱਗ ਰੀ ਆਪਣਾ ਆਪਣਾ ਮੁਰਦਾ ਫੋਕਣ ਵਾਸਤਾ ਸ਼ਮਸ਼ਾਨ ਘਾਟ ਕੇ ਵਿੱਚ ਮ ਜਗਾ ਹੈ ਨਹੀਂ আর ਵੀਡੀਓ ਥਾਨਾ ਜ਼ਰੂਰ ਦੇਖਿਆ ਹੋਣੀਆ ਕਿਉਂਕਿ ਅਲੱਗ-ਅਲੱਗ ਮੌਕਿਆਂ ਪਰ ਅਲੱਗ-ਅਲੱਗ ਸੋਸ਼ਲ ਸਾਈਟਸ ਕੇ ਉੱਪਰ ਤੁਹਾਨੂੰ ਇਹ ਵੀਡੀਓ ਜ਼ਰੂਰ ਦੇਖਣ ਨੂੰ ਮਿਲੇ ਹੋਣੇ আর ਬਿਰ ਇਹ ਕਹ ਲਿਓ ਬਿਰ ਜਿੱਥਾ ਪੰਜਾਬ ਕੇ ਵਿੱਚੋਂ ਬਾਰ ਦਾਣੇ ਕੀ ਕਮੀ ਉੱਥਾ ਆਕਸੀਜਨ ਕੀ ਕਮੀ ਵੀ ਈਵਰ आम ਲੋਕਾਂ ਨੂੰ ਪ੍ਰੇਸ਼ਾਨ ਕਰਨ ਲੱਗ ਗਈ ਆਰਬੀਰਾ ਮਾਰਾ ਦੇਸ਼ ਬਹੁਤ ਮਹਾਨ ਦੇਸ਼ ਇਸ ਨੂੰ ਕਹਿ ਸਕਾਂ ਇਸ ਮਹਾਨ ਦੇਸ਼ ਦੇ ਵਿੱਚ ਮੈਂਂਤਰੀ ਖਰੀਦਣੇ ਬਹੁਤ ਸੌਖੇ ਮੰਤਰੀਆਂ ਨੂੰ ਹਰੇਕ ਬੰਦਾ ਹਰੇਕ ਪਾਰਟੀ ਵਾਲਾ ਖਰੀਦ ਸਕਾ ਪਰ ਮਾਰੇ ਦੇਸ਼ ਦੇ ਵਿੱਚ ਮਾ ਆਕਸੀਜਨ ਖਰੀਦਣੀ ਬਹੁਤ ਔਖੀ ਇਹ ਬੱਲਵਾਈ ਪਟੇਲ ਕੀ ਮੂਰਤੀ ਇਸਕੇ ਉੱਪਰ ਤੋਂ ਕਰੋੜਾਂ ਰੁਪਏ ਲਾ دیے ਪਰ ਆਕਸੀਜਨ ਕੇ ਜਿਹੜੇ ਗੈਸ ਪਲਾਂਟ ਯੋ ਲਾਣੇ ਮਾਂ ਹਲੇ ਤੱਕ ਸਰਕਾਰ ਫੇਲ ਚਲੋ ਖੈਰ ਫਿਰ ਵੀ ਆਪਾਂ ਇਸ ਪ੍ਰੋਗਰਾਮ ਕੇ ਮਾਧਿਅਮ ਰਾਹੀਂ ਕਹਾ ਹਾਂ ਵੀਰ ਆਪਣਾ ਖਿਆਲ ਥਾ ਮ ਆਪ ਰੱਖੋ ਇਬ ਜੇ ਜੋ ਹਾਲਾਤ ਦੇਸ਼ ਕੇ ਵਿੱਚ ਮਾਂ ਚੱਲ ਰਹੇ ਮੰਤਰੀ ਆਪਣੀ ਕੁਰਸੀਆਂ ਪਿੱਛਾ ਲੜ ਰਹੇ ਸਰਕਾਰ ਬੰਗਾਲ ਜਿੱਤਣ ਮਾ ਕਾਲੀ ਪੈਰੀ ਅਸਾਮ ਜਿੱਤਣ ਮਾ ਕਾਲੀ ਪੈਰੀ ਇਹ ਵੀ ਉਹ ਕਹਿ ਸਕਾਂ ਵੀ ਬਹੁਤ ਜਲਦ ਸੈਂਟਰ ਦੀ ਸਰਕਾਰ ਰਾਮ ਭਰੋਸੇ ਯੋਜਨਾ ਵੀ ਸ਼ੁਰੂ ਕਰ ਸਕਾ ਕਿਉਂਕਿ ਇਹ ਲੋਕ ਹਸਪਤਾਲਾਂ ਦੇ ਵਿੱਚ ਮਾ ਰਾਮ ਕੇ ਭਰੋਸੇ ਜੀ ਰਹੇ ਆ ਰਾਮ ਭਰੋਸੇ ਕਹਿ ਲੋ ਆਰ ਬੜੀਆਂ ਜਿਹੜੀਆਂ ਦੇਸ਼ ਕੀਆਂ ਕੰਪਨੀਆਂ ਇਹ ਮੈਨ ਨਾ ਨਹੀਂ ਲੰਦਾ ਸਭ ਜਾਣਾ ਬਈ ਉਹ ਹੋ ਸਕਾਈ ਵੀ ਸ਼ਮਸ਼ਾਨ ਘਾਟ ਦਾ ਠੇਕਾ ਵੀ ਕਿਤੇ ਯੋ ਨਾ ਲੈ ਲੈ ਯੋ ਡਰ ਪੈ ਰਿਆ ਹੀ ਵਾ ਕਿਉਂਕਿ ਖੇਤੀਬਾੜੀ ਸੈਕਟਰੀ ਨੇ ਇਹ ਰਲਿਆ ਟੈਲੀਕਾਮ ਸੈਕਟਰੀ ਨੇ ਇਹ ਰਲਿਆ ਹਵਾਈ ਸੈਕਟਰੀ ਨੇ ਇਹ ਰਲਿਆ ਇਸ ਸ਼ਮਸ਼ਾਨ ਘਾਟ ਬਚੀ ਜੀਸਾ ਸਾਹਿਬ ਗਏ ਸ਼ਮਸ਼ਾਨ ਘਾਟ ਕੇ ਬਾਹਰ ਜਿਤਰਾ ਐਫਸੀਆਈ ਦੇ ਗਦਾਮਾਂਗੇ ਬਾਟਰ ਰੱਖਾਂਗੇ ਲਾਈਨਾਂ ਲਗੀਆਂ ਹੋਮਾਂ ਇਤਰਾ ਮੁਰਦਿਆਂ ਗਿਆ ਲੈਣਾ ਲੱਗੀਆਂ ਮੀਆਂ ਕਿਆ ਪਤਾ ਇਬ ਆਉਣ ਵਾਲੇ ਟਾਈਮ ਕੇ ਵਿੱਚ ਮਾ ਉਰਾ ਵੀ ਯੋ ਜਿਹੜੇ 2-3 ਬੰਦੇ ਯੋ ਸ਼ਮਸ਼ਾਨ ਘਾਟ ਕਾ ਵੀ ਠੇਕਾ ਨਾ ਚੱਕ ਲੈ ਚਲੋ ਖੈਰ ਲਾਡਾ ਡਿਸਕਨ ਰੈਡੀ ਪ੍ਰੋਗਰਾਮ ਕੇ ਵਿੱਚ ਮਾ ਆਪਾਂ ਕਰਾਂ ਅੱਜ ਕੇ ਹੈਡਲਾਈਨਾਂ ਕੇ ਉੱਪਰ ਗੱਲਬਾਤ ਔਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਹੁਤ ਵੱਡਾ ਕੰਮ ਕਰ ਤਿਆ ਗੱਲ ਅਰ ਰਾਜ ਨੇ ਇਹ ਆਨਲਾਈਨ ਰੋਜ਼ਗਾਰ ਐਪ ਲਾਂਚ ਕਰਤੀ ਹੈ ਜਿਸ ਨੇ ਰੋਜ਼ਗਾਰ ਲੈਣਾ ਥੰਮ ਇਸ ਆਨਲਾਈਨ ਐਪ ਕੇ ਉੱਪਰ ਜਾ ਕੇ ਰੋਜ਼ਗਾਰ ਲੈ ਸਕਾਂ ਇਤਰਾ ਕੀ ਖਬਰ ਜਿਹੜੀ ਇਹ ਕੱਲ ਇੱਕ ਪ੍ਰਕਾਸ਼ਤ ਹੋਈ ਕਮਰ ਬੀਜੇ ਪ੍ਰਤਾਪ ਸਿੰਘ ਤੇ ਬਿਨਾ ਇਹ ਸਿੱਟ ਬਣੇਗੀ ਹਾਈ ਕੋਰਟ ਕੇ ਫੈਸਲੇ ਕੀ ਕਾਪੀ ਜਾਰੀ ਹੋਗੀ ਨਵਜੋਤ ਸਿੰਘ ਸਿੱਤੂ ਕੀ ਬਾਤ ਕਰਾਂ ਟਵਿੱਟਰ ਪ੍ਰੋਫਾਈਲ ਤੇ ਹਟਾਇਆ ਕਾਂਗਰਸ ਕੀ ਬਾਤ ਕਰਾਂ ਪਾ ਪੰਜਾਬ ਮਾ ਆਕਸੀਜਨ ਸਪਲਾਈ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਪਲਾਂਟ ਮਾਲਕਾਂ ਨੂੰ ਸਖਤ ਹਦਾਇਤ ਦਿੱਤੀ ਕਰੋਨਾ ਨਿਯਮਾਂ ਦੇ ਉਲਟ ਸਮਰੱਥਾ ਤੇ ਵੱਧ ਸਵਾਰੀਆਂ ਬਿਠਾਉਣ ਨੇ ਬੱਸਾਂ ਨੂੰ ਪੁਲਸ ਵਾਲਿਆਂ ਚੱਕ ਚੱਕ ਕਰਿਆ ठाਣਾ ਬੰਦ ਪਰ ਉੱਥਾਈ ਬਠਿੰਡੇ ਦੇ ਵਿੱਚ ਮਾ ਪੀ ਆਰਟੀਐਸ ਦੀ ਬੱਸ ਦੇ ਵਿੱਚ ਮਾ ਚੜਨ ਨੂੰ ਲੈ ਕੇ ਡਰਾਈਵਰ আর ਸਵਾਰੀਆਂ ਵਿੱਚ ਮਾ ਹੰਗਾਮਾ ਹੋ ਗਿਆ ਯੋ ਕਮਾਲਾ ਮਹਾਰਾਜ ਦੇਸ਼ ਕਮਾਲ ਕੀ ਮਾਰੀ ਜਨਤਾ ਕਮਾਲ ਕੇ ਮਾਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਯੋ ਕਹੇ ਲੋਕਾਂ ਨੂੰ ਇੱਕ ਤਾਂ ਸੁਗਾਤ ਐਸੀ ਦੇਤੀ ਉੱਪਰ ਤੇ ਈਵ ਲੜੀ ਐਂਗੇ ਡਰਾਈਵਰ ਕਨੈਕਟਰ ਲੋਕਾਂ ਗੈਲ ਇਹ ਬਾਡਰ ਪਰਸ ਜੋਥਾ ਘੜਤੇਗਾ ਕੋਵੜ ਕਰਗਾ 25 ਵਾਰੀਆਂ ਬਿਠਾ ਸਕਾਂ 50 ਸਵਾਰੀਆਂ ਵਾਲੀ ਬੱਸ ਮਾ ਈਵ ਲੋਕ ਇਸ ਗੱਲ ਉਲੇ ਕਾ ਲੜ ਰਹੇ ਕੱਲ ਯੋ ਕਹੇ ਲੋ ਵੀ ਰਜਨਾਨੀਆਂ ਇਹਨਾਂ ਨੂੰ ਇਸ ਬਾਤ ਦਾ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਵੀ ਕਰੋਨੇ ਦਾ ਚਲੋ ਚੱਲ ਰਿਹਾ ਰੌਲਾ ਹੈ ਜਾਂ ਨਹੀਂ ਹੈ ਇਹ ਤਾਂ ਵੀਰ ਜੀ ਇਸ ਨੂੰ ਹੋਇਆ ਵਾਹ ਦੱਸ ਸਕਾ ਨਹੀਂ ਤਾਂ ਲੋਕਾਂ ਨੂੰ ਆਵਾ ਮਜ਼ਾਕ ਜਿਨਕੇ ਬੰਦਿਆਂ ਨੂੰ ਆਕਸੀਜਨ ਨਹੀਂ ਮਿਲ ਰਹੀ ਪੁੱਛ ਕਾ ਤਾਂ ਉਹਨਾਂ ਨੂੰ ਦੇਖੋ ਇਹ ਸੱਚ ਕਿਆ ਝੂਠ ਕਿਆ ਇਹ ਤਾਂ ਵੀਰ ਜੀ ਇਸ ਪਾ ਬੀਤੀ ਵਾਹੀ ਦੱਸ ਸਕਾ ਇਹ ਕੱਲ ਜਨਾਨੀਆਂ ਜਗਾ ਜਗਾ ਪੰਜਾਬ ਰੋਡ ਵਿੱਚ ਕੀ ਬੱਸਾਂ ਰੋਕਾ ਖੜੀਆਂ ਨਹੀਂ ਕਹਾ ਮੈਂ ਨੂੰ ਬਿਠਾਓ ਵਿੱਚ ਇਸਕੇ ਵਿੱਚ ਆਰ ਜਿੱਦਣ ਗਾਇਓ ਕੈਪਟਨ ਨੇ ਫਰੀ ਵਾਲਾ ਚਸਕਾ ਪਾਇਆ ਉੱਡਣ ਗਈ ਜਿਹੜੀ ਜਨਾਨੀ ਕਦੇ 10 ਕਿਲੋਮੀਟਰ ਨਹੀਂ ਗਈ ਅੱਜ ਬਾ ਜਨਾਨੀ ਵੀ 250 ਕਿਲੋਮੀਟਰ ਜਾ ਕੇ ਗੁਰਦੁਆਰੇ ਮੱਥੇ ਟੇਕਣ ਪਹੁੰਚੀ ਆ ਮਿਆਂ ਆਪਣੇ ਰਿਸ਼ਤੇਦਾਰੀਆਂ ਮਾ ਪਹੁੰਚੀ ਆ ਮਿਆਂ ਕਿਸੇ ਨੂੰ ਕੋਈ ਕਰੋਨੇ ਦਾ ਡਰ ਨਹੀਂ ਕੋਈ ਖੋਫ ਨਹੀਂ ਜ਼ਿਲੇ ਬਠਿੰਡੇ ਦੇ ਵਿੱਚ ਮਾ ਕੋਟ ਫੱਤਾ ਬਵਾ ਜਿੱਥਾ ਸਵਾਰੀਆਂ ਅਰ ਬੱਸ ਦੇ ਵਿੱਚ ਮਾ ਡਰਾਈਵਰ ਕਲੈਂਡਰ ਦੀ ਲੜਾਈ ਹੋਈ ਪੀਆਰਟੀਸੀ ਡਰਾਈਵਰ ਨੇ ਪਿੰਡ ਵਾਸੀਆਂ ਨਾਲ ਇਹਨਾਂ ਨਾਲ ਰਲਕਾਰ ਹੰਗਾਮਾ ਕਰਿਆ ਪੀਆਰਟੀਸੀ ਦੇ ਡਰਾਈਵਰ ਨੇ ਪਿੰਡ ਕੋੜ ਫੱਤਾ ਦੇ ਵਿੱਚ ਬਠਿੰਡਾ ਚੰਡੀਗੜ੍ਹ ਹਾਈਵੇ ਪਰ ਜਾਮ ਲਾ ਤਿਆ ਅਰ ਪੁਲਿਸ ਨੇ ਪਿੰਡ ਵਾਸੀਆਂ ਖਿਲਾਫ ਪਰਚਾ ਦਰਜ ਕਰਿਆ ਮਾਮਲਾ ਖਿਲਾਫ ਉਹਨਕੇ ਕਰਤੇ ਚੱਕਾ ਜਾਮ ਅਰ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਕਰਪ੍ਰੋਸਾ ਦੇਗਾ ਪਿੰਡ ਵਾਲਾ ਦਾ ਸਖਤਰਨਾ ਸਮਾਪਤ ਕਰਾਇਆ ਇਹ ਜਾਣਕਾਰੀ ਕਿ ਆ ਮਿਲੀ ਉਥਾ ਬਿਕ ਕੋਡ ਫੱਤੇ ਦੇ ਬਠਿੰਡੇ ਨੂੰ ਹਰ ਰੋਜ਼ ਸਫ਼ਰ ਕਰਨ ਵਾਲੀਆਂ 25 30 ਸਵਾਰੀਆਂ ਉਸ ਟਾਈਮ ਇਹਨਾਂ ਨੇ ਹੰਗਾਮਾ ਖੜਿਆ ਕਰਿਆ ਜਦ ਪੀ ਆਰਟੀਸੀ ਦੀ ਬੱਸ ਦਾ ਡਰਾਈਵਰ ਇਸਨੇ ਕੋਡ ਫੱਤਾ ਬੱਸ ਸਟੈਂਡ 'ਪਾ ਬੱਸ ਇਹੋ ਸਵਾਰੀਆਂ ਚੜਾਇਆ ਨਹੀਂ ਇਸ ਕਰਕੇ ਰੋਜ਼ ਜਾਣ ਵਾਲੇ ਜਿਹੜੇ ਪਾਸ ਹੋਲਡਰ ਤੇ ਇਹਨਾਂ ਨੇ ਕਲੇਸ਼ ਖੜਾ ਕਰ ਲਿਆ ਔਰ ਉਧਰ ਇੱਕ ਬੱਸ ਕੱਲ ਉੱਥਾ ਰੋਕੀ ਜਨਾਨੀਆਂ ਨੇ ਬਾਹ ਕਹਿ ਰਹੀਆਂ ਵੀ ਕਲੈਂਡਰ 25 ਵਾਰੀਆਂ ਤੇ ਵੱਧ ਫਿਰ ਹਮ ਕਿਹੜੀ ਬੱਸ ਮਾਂ ਜਾਮਾ ਲੋਕਾਂ ਨੂੰ ਆਪਣੇ 5-4 ਰੁਪਏ ਪਿੱਛਾ ਲੋਕ ਪ੍ਰਾਈਵੇਟ ਬੱਸ ਮਾਂ ਚੜਨ ਤੇ ਡਰ ਰਹੇ ਅਰ ਬਾਹ ਕਹ ਰਹੀ ਜੀ ਕਹ ਹੈ ਆਪਾਂ ਸਰਕਾਰੀ ਬੱਸ ਮਾਂ ਚੜਾਂਗੇ ਉਰਾ ਕਿਰਾਇਆ ਨਹੀਂ ਲੱਗਦਾ ਇਹ ਕਿਰਾਇਆ ਬਚਾਣ ਕੇ ਚੱਕਰ ਮਾਂ ਕੱਲ ਉੱਥਾਈ ਉਹ ਨਵਾਂ ਕਲੇਸ਼ ਦੇਖਣ ਨੂੰ ਜਿਹੜਾ ਮਿਲ ਰਿਹਾ ਪੰਜਾਬ ਦੇ ਵਿੱਚ ਮਾਂ ਡਰਾਈਵਰ ਕਨੈਕਟਰ ਅਰ ਜਨਾਨੀਆਂ ਦੀ ਝੜਪਾਂ ਲੱਗ ਲੱਗ ਇਲਾਕਿਆਂ ਵਿੱਚ ਹੋ ਰਹੀਆਂ ਇਸ ਚੀਜ਼ ਤੇ ਬੇਖਬਰ ਬੇਖੌ ਪੰਜਾਬ ਸਰਕਾਰ ਇਹਨਾਂ ਨੂੰ ਕਿਸੇ ਤੇ ਕੋਈ ਮਤਲਬ ਨਹੀਂ ਔਰ ਉਧਰ ਜਿੱਥਾ 25 ਵਾਰੀਆਂ ਵਾਲਾ ਉੱਥਾਈ ਇਹ ਵੀ ਜੋ 25 ਵਾਰੀਆਂ ਵਾਲਾ ਫਾਇਦਾ ਪ੍ਰਾਈਵੇਟ ਬੱਸਾਂ ਵਾਲੇ ਪੂਰੀ ਤਰ੍ਹਾਂ ਚੱਕਣੇ ਦੇ ਵਿੱਚ ਮ ਲੱਗੇ ਵੇ ਔਰ ਪੁਲਿਸ ਥਾਣਾ ਮਹਿਲਾ ਕਲਾ ਨੇ ਕੱਲ ਸਮਰੱਥਾ ਦੇ ਵੱਧ ਸਵਾਰੀਆਂ ਬਿਠਾਈਆਂ ਔਰ ਪੇਟ ਟ੍ਰਾਂਸਪੋਰਟ ਯੋ ਬੱਸ ਯੋ ਠਾਣੇ ਬੰਦ ਕਰਤੀ ਆ ਦਾ ਡਰਾਈਵਰ ਕਲਿੰਡਰ ਇਨ ਦੀ ਜਮਾਨਤ ਪਾਏ ਇਹਨਾਂ ਨੂੰ ਰਿਹਾ ਕਰਿਆ ਆਰ ਜਾਣਕਾਰੀ ਜਿਹੜੀ ਮਿਲੀ ਵੀ ਮਹਿਲ ਕਲਾਂ ਕੇ ਵਿਚਵਾ ਕੋਰੋਨਾ ਵਾਇਰਸ ਕੇ ਚੱਲਦੇ ਪੰਜਾਬ ਸਰਕਾਰ ਨੇ ਯਾ ਨਿਯਮਾਂ ਕੇ ਤਹਿਤ ਬਰਨਾਲਾ ਲੁਧਿਆਣਾ ਮਾਰਗ ਪਾ ਨਾਕਾਬੰਦੀ ਕਰਕਾ ਬੱਸਾਂ ਰੋਕਾ ਚੈੱਕ ਕਰੀਆਂ ਆ ਬਰਨਾਲੇ ਵਾਲੇ ਪਾਸੇ ਤੇ ਬੱਸ ਲੁਧਿਆਣਾ ਨੂੰ ਜਾ ਰਹੀ थी ਆਰਬਿਡ ਟਰਾਂਸਪੋਰਟ ਗਈ ਬਠਿੰਡੇ ਦੀ ਬੱਸ थी ਯਾਰ 50 ਫੀਸਦੀ ਦੇ ਜਿਆਦਾ ਸਵਾਰੀਆਂ ਯੋ ਬਿਠਾਈ ਬੈਠਿਆ ਜਿੱਥਾ ਰੋਡ ਵੇਜ ਕੇ ਡਰਾਈਵਰ ਕਨੈਕਟਰ 25 ਵਾਰੀਆਂ ਪਾ ਲੈ ਗਾ ਲੋਕਾਂ ਨਾਲ ਲੜ ਰਹੇ ਉਥਾ ਪ੍ਰਾਈਵੇਟ ਵਾਲੇ 50 ਤੇ ਵੀ ਉੱਪਰ ਚੱਕੀ ਜਾ ਰਹੇ ਗਮ ਆਰ ਉਥਾ ਮਹਿਲ ਕਲਾਂ ਦਾ ਐਸ ਐਚਓ ਮਰੀਕ ਈਸਨ ਹੈ ਕੋਵਿਡ 19 ਹੁਕਮਾਂ ਕੁ ਲੰਗੜਾ ਕੇ ਵਿਚਵਾੜ ਵੀਟ ਦਾ ਡਰਾਈਵਰ ਜਿਹੜਾ ਯੂ ਯੂ ਜਗਮੀਤ ਲਹਿਰੇ ਗਾਇਓ ਆਰ ਕਲੈਂਡਰ ਤਸਵੀਰ ਬਠਿੰਡੇ ਦਾ ਇਨਕੇ ਖਿਲਾਫ ਆਈ ਪੀ ਸੀ ਈ ਧਾਰਾ 188 ਆਰ ਯੋ ਕਹ ਲੋ ਵੀ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਕੇਸ ਦਰਜ ਕਰਿਆ ਆਰ ਦੋਹਾਂ ਨੂੰ ਮੌਕੇ ਉੱਪ ਜਮਾਨ ਦੇ ਕਾ ਬੱਸ ਨੂੰ ਥਾਣੇ ਦੇ ਵਿੱਚ ਬੰਦ ਕਰ ਲਿਆ ਇਹ ਕੰਮ ਹੋ ਗਿਆ ਪੰਜਾਬ ਦੇ ਵਿੱਚ ਵਾ ਅੱਜ ਕੀ ਲੇਟੈਸਟ ਅਪਡੇਟ ਯੋ ਚੱਲ ਰਹੀ ਆ ਰੁਥਾਈ ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਨੂੰ ਲੈ ਕੇ ਚੁਸਤੀ ਦਿਖਾਈ ਕੱਲ ਆਰ ਕਰੋਨਾ ਦੇ ਬਾਅਦ ਦੇ ਕੇਸਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਦੀ ਖਾਤ ਮੰਗੀ ਇਸ ਕਰਕੇ ਸਰਕਾਰ ਨੇ ਦਿਕਤਾ ਕਰੀਆਂ ਜ਼ਿਲ੍ਹਾ ਪ੍ਰਸ਼ਾਸਨ ਦੇ ਫੈਸਲੇ ਲਏ ਅਰ ਜਿਹੜੇ ਪਲਾਂਟ ਆਕਸੀਜਨ ਬਣਾ ਰਹੇ ਨੇ ਉਹਨਾਂ ਨੂੰ ਸਾਫ਼ ਦੇ ਦੇ ਆਕਸੀਜਨ ਦੀ ਸਪਲਾਈ ਸਿਰਫ਼ ਹਸਪਤਾਲਾਂ 'ਮਾ ਹਸਪਤਾਲਾਂ 'ਮਾ দাও ਹੋਰ ਕਿਸੇ ਪਾਸਾ ਦੇਣੇ ਦੀ ਲੋੜ ਨਹੀਂ ਆਕਸੀਜਨ ਖਾਸ ਤੌਰ 'ਤੇ ਸਰਕਾਰੀ ਹਸਪਤਾਲਾਂ 'ਵਾ ਫ੍ਰੀ ਸਪਲਾਈ ਫੌਰੀ ਤੌਰ 'ਤੇ ਕਾ ਕਰੋ ਕੋਵਿਡ ਮਰੀਜ਼ਾਂ 'ਕਾ ਲਾ ਚੱਲ ਰਿਹਾ ਆ ਰੀ ਸਿਕਰ 'ਕਾ ਫਿਲਹਾਲ ਉਹ ਕੰਮ ਬਖਾਰ ਆਕਸੀਜਨ ਮਤਲਬ ਯੋ ਕਹ ਲੋ ਆਮ ਲੋਕਾਂ ਨੂੰ ਜਿਹੜੇ ਫੈਕਟਰੀਆਂ 'ਮਾਂ ਆਕਸੀਜਨ ਦੀ ਲੋੜ ਹੋਵਾ ਯੋ ਗੈਸ ਬਿਲਡਿੰਗ ਦੇ ਟੁੱਚਲਾਹਾਂ ਜਿਹੜੇ ਇਹਨਾਂ ਨੂੰ ਵੀ ਆਕਸੀਜਨ ਸਿਲੰਡਰ ਨਹੀਂ ਮਿਲਦੇ ਮਤਲਬ ਕਾਲਾ ਬਾਜ਼ਾਰੀ ਸ਼ੁਰੂ ਹੋ ਗਈ। ਇਹਬ ਜਦ ਪ੍ਰਾਈਵੇਟ ਬੰਦੇ ਨੂੰ ਕਾਰੋਬਾਰ ਵਾਲਿਆਂ ਨੂੰ ਸਿਲੰਡਰ ਨਹੀਂ ਮਿਲਦਾ ਬਾਦੂ ਪਾਲੇਗਾ ਕਿਸੇ ਨਾ ਕਿਸੇ ਪਾਸੇ ਤੇ। ਇਸ ਦਾ ਕੀ ਹੱਲ ਹੋ ਗਿਆ ਇਹਬ? ਇਹ ਉਹ ਗੋਲਮੋਲ ਹੋ ਕੇ ਸਿਲੰਡਰ ਪਹੁੰਚेंगे। ਅਰਬੀਰ ਬਾਹੀ ਕਹਿ ਰਿਹਾ ਵੀ ਲੋਕਾਂ ਨੇ ਅੱਜ ਤੱਕ ਕਦੇ ਹਸਪਤਾਲਾਂ ਦੀ ਮੰਗ ਕਰੀ ਹੋਈ ਨਹੀਂ। ਲੋਕਾਂ ਨੂੰ ਫ੍ਰੀ ਆਟਾ ਦੇ ਦਿਓ, ਫ੍ਰੀ ਧਾਲਾਂ ਦੇ ਦਿਓ, ਫ੍ਰੀ ਟੈਲੀਫੋਨ ਦੇ ਦਿਓ, ਫ੍ਰੀ ਬੱਸਾਂਾਂ ਚ ਜਿਹੜਾ ਲਿਓ। ਹੈ? ਯੋ ਇਤਰਾਜੇ ਫਰੀ ਫਰੀ ਚੀਜ਼ਾਂ ਦੇਗਾ ਲੋਕਾਂ ਨੂੰ ਲੋਕਾਂ ਦਾ ਦਿਮਾਗ ਫਰੀ ਕਰਤਿਆ ਸਭ ਕੁਝ ਫਰੀ ਕਰਤਿਆ ਤਾਂ ਹੀ ਇਹ ਰਾਮਪਰੋਸੇ ਜਿਹੜੀ ਯੋ ਇੱਕ ਨਵੀਂ ਯੋਜਨਾ ਯੋ ਸੈਂਟਰ ਸਰਕਾਰ ਸ਼ੁਰੂ ਕਰਨ ਲੱਗ ਰਹੀ ਯੋ ਰਾਮਪਰੋਸੇ ਹੋਗੇ ਸਾਰੇ আর उधर ਰਾਜੇ ਨੇ ਵੀਰ ਕੋਰਟ ਕੋ ਪੂਰਾ ਗੋਲੀ ਕਾਂਡ ਕੇ ਵਿਚਵਾ ਹਾਈ ਕੋਰਟ ਦੀ ਜਿਹੜੀ ਕਾਪੀ ਜਾਰੀ ਹੋਈ ਇਸ ਕਾਪੀ ਦੇ ਵਿਚਵਾ ਯੋ ਮੈਂ ਇਸ ਕੀ ਉੱਪਰ ਵੀ ਗੱਲਬਾਤ ਥਾਰੇ ਨਾਲ ਕਰਾਂਗਾ ਪਰ जिला प्रशासन ने कल पंजाब के बच्चा पहली बार ऑनलाइन रोज़गार मै मोबाइल ऐप शुरू करया। जिला प्रबंधकी कंपलैक्स की बात करें डिप्टी कमिश्नर अपनीत रियात ने यूकैलोवीर डी बी ई ऑनलाइन नाम का एक मोबाइल ऐप लॉन्च कर दिया अरबा कह रहे भी इस ऐप के बच्चे मैं नौजवान किसी भी तरह का मंच प्राप्त कर सका, बैठे डिजिटल माध्यम राही ਨਾ ਸਿਰਫ ਨੌਕਰੀਆਂ ਲਈ ਸਗਾਂ ਬਲਕਿ ਜਾਣਕਾਰੀ ਵੀ ਮਿਲੇਗੀ ਇਹਨਾਂ ਨੂੰ ਬੇਨਤੀ ਪੱਤਰ ਦੇ ਸਗਾ ਸੈਵਰਿਸਗਾਰ ਸ਼ੁਰੂ ਕਰਨੇ ਦੀ ਯੋਜਨਾ ਹਰ ਬਖ ਬਖ ਸਰਕਾਰੀ ਯੋਜਨਾਮਗੇ ਤਹਿਤ ਇਹ ਪੱਤਰ ਵੀ ਦੇ ਸਾ ਮਤਲਬ ਇਹ ਕਹ ਲੋ ਰਾਜੇ ਨੇ ਇਹ ਕਹਿ ਤਿਆ ਕਹਾ ਵੀਰੋ ਐਪ ਕਰਤੇ ਲੌਂਚ ਆਪਾਂ ਉਰਾ ਦੇ ਨੌਕਰੀ ਮਿਲੇਗੀ ਤੁਹਾਨੂੰ ਔਰ ਔਰ ਕੋਈ ਵੀ ਬੰਦਾ ਇਸ ਐਪ ਨੂੰ ਗੂਗਲ ਪਲੇ ਸਟੋਰ ਤੇ ਲੈ ਲਾ ਉੱਥਾ ਮਿਲ ਜੇਗਾ ਤੁਹਾਨੂੰ ਉੱਥਾ ਤੇ ਕਾਰਕਾਰ ਡਾਊਨਲੋਡ ਥਮ ਯੋ ਕੈਲੋਬੀਰਾ ਇਸ ਨੂੰ ਸ਼ੁਰੂ ਕਰ ਸਕਾ ਕ੍ਰੈਡਿਟ ਜ਼ਿਲ੍ਹਾ ਰਜ਼ਗਾਰ ਬਿਊਰੋ ਟੀਮ ਨੂੰ ਯੋ ਕਹਾ ਵੀ ਜਾ ਰਿਹਾ ਅਰੂਣਾ ਨੇ ਯੋ ਤਿਆਰ ਕਰਕੇ ਨਿਆਂਇਣ ਨੂੰ ਕੰਮ ਲਾ ਤਿਆ ਲਾਡਾ ਡਿਸਕ੍ਰਿਮਿਨੇਟਿਵ ਪ੍ਰੋਗਰਾਮ ਦੇ ਵਿੱਚ ਮਾਪਾ ਨਵਜੋਤ ਸਿੱਧੂ ਦੀ ਗੱਲ ਕਰਾਂਗੇ ਜਿੱਥਾ ਕੈਪਟਨ ਅਮਰਿੰਦਰ ਸਿੰਘ ਗੱਲ ਸੁਲ੍ਹਾ ਕਰਾਣ ਦੇ ਵਿੱਚ ناکਾਮ ਰਹੀ ਸੈਂਟਰ ਦੀ ਯੋ ਕਾਂਗਰਸ ਆ ਰਿਹਾ ਜਨਤਕ مانਚ ਤੇ ਪਾਰਤੀ ਵਿਧਾਇਕ ਨਵਜੂ ਸਿੱਧੂ ਨੇ ਪੰਜਾਬ ਸਰਕਾਰ ਕੇ ਉਪਰ ਲਗਾਤਾਰ ਹਮਲੇ ਜਿਹੜੇ ਬੋਲਣੇ ਸ਼ੁਰੂ ਕਰਤੇ ਉੱਥੇ ਹੀ ਆਮ ਪਬਲਿਕ ਕੀ ਇਹ ਆਪਾਂ opinion ਲੇਗਾ ਦੇਖਾਂ ਪਬਲਿਕ ਕਹੇ ਰਹੀ ਵੀ ਸਿੱਧੂ ਵਾ ਝਾੜੂ ਫੜੇਗਾ ਝਾੜੂ ਵਾਲੇ ਗਲ ਜਾਵੇਗਾ ਪਰ ਕਿਤੇ ਨਾ ਕਿਤੇ ਜੋ ਕਹਲੋ ਵੀ ਸਿੱਧੂ ਨੇ ਕਿਸੇ ਨਾ ਕਿਸੇ ਪਾਸਾ ਡਾਰੀ ਮਾਰਨੀ ਇਸੇ ਕਰਕੇ ਜੋ ਕਹਲੋ ਵੀਰ ਜੋ ਜਿਹੜੀ ਗੱਲਾਂ ਬਾਤਾਂ ਜੋ ਸਿੱਧੂ ਗਿਆ ਕੈਪਟਨ ਕੇ ਉੱਪਰ ਖਰੀਆਂ ਖਰੀਆਂ ਹੋਣੀਆਂ ਸ਼ੁਰੂ ਹੋ ਗਈਆਂ और उधर कांवर विजय प्रताप सिंह की बात करा भी हाई कोर्ट के बीच में वकील के तौर पर रजिस्टर्ड हो गया और कह रहा वीर मैं तो अपना केस आफे लड़ लेंगा मेनू किसी लोड है नहीं यो काम इ पंजाब के बीचों शुरू होण लाग रहा आपा सिट की बात करेंगे पर इससे पहला लेहा एक छोटी जी ब्रेक